ਸ਼ਨੀਵਾਰ ਦੇ ਦਿਨ ਕਰਤਾਰਪੁਰ ਲਾਂਘਾ ਖੁੱਲ੍ਹਿਆ ਤਾਂ ਪਹਿਲੇ ਜਥੇ ਵਿੱਚ ਸਿਆਸੀ ਲੋਕ ਹੋਰਾਂ ਸਮੇਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਪਹੁੰਚੇ। ਐਤਵਾਰ ਦੇ ਦਿਨ ਤੋਂ ਇਹ ਲਾਂਘਾ ਆਮ ਜਨਤਾ ਲਈ ਵੀ ਖੋਲ੍ਹ ਦਿੱਤਾ ਗਿਆ ਅਤੇ ਸ਼ਰਧਾਲੂ ਹੁੰਮ ਹੁਮਾ ਕੇ ਦੂਰ ਦੁਰਾਡਿਓਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੇ ਨੇ। ਸ਼ਰਧਾਲੂਆਂ ਦਾ ਹਾਲ ਜਾਣਨ ਲਈ ਅਤੇ ਲਾਂਘੇ ਬਾਰੇ ਵਿਚਾਰ ਲੈਣ ਲਈ ਪੰਜਾਬ ਵਜ਼ਾਰਤ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੜ ਕਰਤਾਰਪੁਰ ਲਾਂਘੇ ਵਿਖੇ ਪਹੁੰਚੇ। ਬੱਚੇ ਜਿਹੜੇ ਨੇ ਆਪਣੇ ਆਪਣੇ ਸਕੂਲਾਂ 'ਚ ਪਾਸਪੋਰਟ ਤੇ ਇਹ ਜਿਹੜੀਆਂ ਸ਼ਰਤਾਂ ਨੇ ਇਮੀਡੀਏਟਲੀ ਹਿੰਦੁਸਤਾਨ ਦੀ ਸਰਕਾਰ ਨੂੰ ਵਿਦਡਰਾਅ ਕਰਨੀਆਂ ਚਾਹੀਦੀਆਂ ਨੇ। ਪਾਕਿਸਤਾਨ ਦੀ ਗਵਰਨਮੈਂਟ ਨਾਲ ਬੈਠ ਕੇ ਇਹਦਾ ਇੱਕ ਪਰਮਾਨੈਂਟ ਹੱਲ ਕੱਢ ਕੇ ਕੱਲ੍ਹ ਜੋ ਜਦੋਂ ਪ੍ਰਧਾਨ ਮੰਤਰੀ ਜੀ ਸਾਡੇ ਆਏ ਸੀ ਉਹਨਾਂ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਅਸੀਂ ਜਿਹੜਾ ਵਾ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਆ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਕੱਲ੍ਹ ਇੱਥੇ ਅਨਾਊਂਸ ਕਰਕੇ ਜਾਣਾ ਚਾਹੀਦਾ ਸੀ ਕਿ ਸਾਡੀਆਂ ਦੋਵੇਂ ਗੁਰਮੈਂਟਾਂ ਬੈਠ ਕੇ ਦਾ ਨਵਾਂ ਐਗਰੀਮੈਂਟ ਹੋਏਗਾ ਇਮੀਡੀਏਟਲੀ ਫਿਰ ਫਿਊ ਡੇਜ਼ ਜਿਹੜੀਆਂ ਨੇ ਇਹ ਜਿਹੜੀਆਂ ਫੋਰਮੈਲਿਟੀਜ਼ ਨੇ ਜਿਹੜੀਆਂ ਵਾਧੂ ਫੋਰਮੈਲਿਟੀਜ਼ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ। ਪਰ ਅੱਜ ਫਿਰ ਵੀ ਜੇ ਲੋਕਾਂ ਨੂੰ ਉੱਥੇ ਜਾਣ ਲਈ ਅੱਜ ਨਹੀਂ ਖੜੇ ਨੇ ਇਹਨਾਂ 'ਚ ਮੇਰਾ ਖਿਆਲ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਕੋਲ 70% ਲੋਕਾਂ ਕੋਲ ਪਾਸਪੋਰਟ ਨਹੀਂ ਹੋਣਾ ਪਰ ਇੱਥੋਂ ਹੀ ਉਹ ਆਪਣੇ ਗੁਰੂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਸਮਝ ਰਹੇ ਨੇ ਅਤੇ ਜੇ ਕਿਤੇ ਸਾਨੂੰ ਉੱਥੇ ਜਾਣ ਦਾ ਇਹਨਾਂ ਨੂੰ ਮੌਕਾ ਮਿਲੇ ਤਾਂ ਮੇਰਾ ਖਿਆਲ ਕਿ ਬਹੁਤ ਵੱਡਾ ਹੋਏਗਾ ਸਾਡੇ ਦੇ ਉੱਤੇ ਕਿ ਗੁਰੂ ਸਾਹਿਬ ਦਾ ਕਿਰਪਾ ਹੋਏਗੀ ਅਤੇ ਚਾਹੀਦਾ ਕਿ ਦੋਨਾਂ ਸਰਕਾਰਾਂ ਨੂੰ ਬੈਠ ਕੇ ਇਮੀਡੀਏਟਲੀ ਇੱਕ ਦੋ ਦਿਨ ਇਹ ਦਾ ਕਰਕੇ ਅਤੇ ਇਹਨਾਂ ਲੋਕਾਂ ਨੂੰ ਜਿਹੜਾ 5000 ਜੇ ਕਿਹਾ ਗਿਆ 5000 ਨੂੰ ਤਾਂ ਜਿਹੜਾ ਉਹ ਮਿਲਣਾ ਹੀ ਚਾਹੀਦਾ। ਇਸ ਦੌਰਾਨ ਸ਼ਰਧਾਲੂਆਂ ਵਿੱਚ ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਸ਼ਾਮਲ ਰਹੇ। ਕੁਝ ਬੱਚਿਆਂ ਵੱਲੋਂ ਧਾਰਮਿਕ ਪਹਿਰਾਵੇ ਪਹਿਨੇ ਹੋਏ ਸਨ ਜੋ ਕਿ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਨਜ਼ਰ ਆਏ। ਮੰਤਰੀ ਰੰਧਾਵਾ ਦੀ ਅਪੀਲ ਹੈ ਕਿ ਦੋਵੇਂ ਮੁਲਕ ਪਾਸਪੋਰਟਾਂ ਦਾ ਬਦਲਵਾਂ ਰਸਤਾ ਜਲਦ ਲੱਭ ਲੈਣ ਕਿਉਂਕਿ ਹਰ ਇੱਕ ਕੋਲ ਪਾਸਪੋਰਟ ਨਹੀਂ ਹੈ ਅਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਚਾਹੁੰਦੇ ਨੇ। ਡੇਰਾ ਬਾਬਾ ਨਾਨਕ ਤੋਂ ਨਿਤਿਨ ਲੂਥਰਾ ਦੇ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।